ਟ੍ਰੈਫਿਕ ਇੱਥੇ ਹੋਏਗੀ ਆ ਜੀ, ਜਾਮ ਹੁਣ ਤੱਕੋ ਇੱਥੇ ਰਾਸਤਾ ਲੱਭ ਸੀ ਇੱਥੇ ਕੁਝ ਹੋਸੀ ਆ, ਰਾਸਤਾ ਹੀ ਨਾ ਲੱਭਿਆ ਫਿਰ ਕਿੱਥੋਂ ਕੁਝ ਹੋਸੀ ਆ ਜੀ। ਜੁਮਾ ਬਾਜ਼ਾਰ ਦੀਆਂ ਰੌਣਕਾਂ ਮਾਸ਼ਾ ਅੱਲਾ, ਅੱਜ ਤਾਂ ਮੈਂ ਹਵਾ ਮਿੱਠਾ ਸਹੀ ਪੈ ਰਹੀ ਆ ਜੀ। ਜਿਹੜਾ ਜਿਹੜੀ ਅੱਜ ਵਰਾਇਟੀ ਆਈ ਹੋਈ ਆ ਜੀ, ਉਹ ਕੇਲੇ ਦੀ ਆਈ ਆ, ਸੇਬਾਂ ਦੀ ਆਈ ਆ, ਅੰਬਾਂ ਦੀ ਆਈ ਵੀ ਆ, ਉਸ ਤੋਂ ਬਾਅਦ ਕਿੱਕਰ ਵੀ ਆਇਆ ਵਾ ਅੱਜ, ਕਿੱਕਰ ਖਾਣਾ ਹੋਇਆ ਤਾਂ ਉਹ ਵੀ ਪਾਇਆ ਹੈ। ਆਪੇ ਨਾ ਖਿਆਲ ਰੱਖਿਆ ਸਹੀ ਘੜੀ ਤਾਂ 200 ਰੁਪਏ ਦਰਜਨ ਮਾਸ਼ਾਅੱਲਾ ਸਾਹ ਚੱਕ ਕਰੋ ਜੀ, ਅੰਬ ਖਾਨ ਸਾਹਿਬ ਆਣੇ 100 ਰੁਪਇਆ ਕਿਲੋ, 150 ਰੁਪਏ ਕਿਲੋ। ਜੀ ਮਾਰੇ ਦੋਸਤੋ, ਅਸਲਾਮ ਵਾਲੇਕੁਮ, ਉਮੀਦ ਕਰਨਾ ਸਾਰੇ ਠੀਕ ਠਾਕ ਸੋ, ਖੁਸ਼ ਬਾਸ਼ ਸੋ, ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ। ਮੈਂ ਰਾਸ਼ਿਸ਼ ਵੀਰ, ਸੋ ਤਕਰੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ, ਅੱਜ ਸਾਡੀ ਖਿਦਮਤ ਫਿਰ ਹਾਜ਼ਰਾਂ ਜੀ ਇੱਕ ਨਈ ਵੀਡੀਓ ਕੀ ਨੀਤ ਹੈ। ਅੱਜ ਨਾ ਸਾਂ ਮੌਸਮ ਚੱਕ ਕਰੋ ਜੀ, ਮੌਸਮ ਜਿਹੜਾ ਜੀ ਅੱਜ ਇੰਤਹਾਈ ਖੂਬਸੂਰਤ ਹੈ, ਕਿਉਂਕਿ ਕੱਲ੍ਹ ਹੋਈ ਆ ਬਾਰਿਸ਼ ਤਾਂ ਅੱਜ ਚੱਲੀ ਰਹੀ ਆ ਮਿੱਠੀ ਮਿੱਠੀ ਹਵਾ, ਤਾਂ ਆਪਣਾ ਮੌਸਮ ਸਾਂ ਤੱਕੋ ਨਾ ਮਾਸ਼ਾਅੱਲਾ ਮਾਸ਼ਾਅੱਲਾ, ਨੀਲੇ ਅਸਮਾਨ ਪਰ ਚਿੱਟੇ ਚਿੱਟੇ ਬਾਦਲ, ਤਾਂ ਮੈਂ ਵਿਊ ਜਿਹਾ ਬਣੀ ਰਿਹਾ ਜੀ, ਉਹ ਮਾਸ਼ਾਅੱਲਾ ਬਹੁਤ ਹੀ ਪਿਆਰਾ ਬਣੀ ਰਿਹਾ, ਤਾਂ ਬਾਹਰ ਨਿਕਲਣ ਦੀ ਦੇਰੀ ਹੋਣੀ, ਇਹਨਾਂ ਨੇ ਮਣੇ 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 ਸ਼ੁਰੂ ਹੀ ਜਾਣੀ ਹੈ, ਰਾਡ ਬਣਾਉਣਾ ਸ਼ੁਰੂ ਕਰੀ ਕਹਿੰਦੇ, ਇਹ ਵੀ ਬੱਕਰੀ ਕੇ ਲਾਉਣਾ ਸ਼ੁਰੂ ਕਰੀ ਕਹਿੰਦੇ, ਬੱਕਰੀ ਕੇ ਅੰਦਰ ਕਰੋ ਤਾਂ ਅਸਾਂ ਦੁੱਧੂ ਪੀਓ ਆ, ਕਿਉਂਕਿ ਇਹਨਾਂ ਕੇ ਅਸਾਂ ਰੁਕੀ ਹੁੰਦੇ ਹਾਂ ਕਾਰ, ਤਾਂ ਫਿਰ ਇਹ ਬੱਕਰੀ ਨਾਲ ਅੱਛਾ ਇੰਤਜ਼ਾਰ ਕਰਨੇ ਕਿ ਉਸੀ ਅੰਨ ਹੈ, ਤਾਂ ਅਸਾਂ ਉਸਾਂ ਪੀਆਂ ਆ ਦੁੱਧ, ਇਹ ਹੁਣ ਦੁੱਧੂ ਇੰਤਜ਼ਾਰ ਕਰੀ ਰਿਹਾ, ਤਾਂ ਅਸਾਂ ਖਾਣੇ ਦਾ ਇੰਤਜ਼ਾਰ ਕਰੀ ਰਹੇ ਹਾਂ, ਤਾਂ ਬਾਕੀ ਉਹ ਗਾਂ ਸਾਂ ਚੱਕ ਕਰੋ, ਗਾਂ ਬੜੀ ਵੀ ਅੱਜ ਘਾਏ ਵਿੱਚ, ਉੱਥੇ ਚਰਾ ਕਰੀ ਰਹੀ ਆ, ਨੀਲੇ ਪੱਠੇ ਛੋਣੀ ਕੋਣੀ, ਨੀਲੇ ਪੱਠੇ ਤੱਕੀ ਨਾ ਤਾਂ ਦੂਰ ਉੱਥੇ ਚਲੀ ਜਾਣੀ ਆ, ਬਸ ਵੀ ਕਰੀ ਰਹੋ ਰਾਠੀ ਬਾਈ ਰੁਕਸੋ ਹੈ ਅੱਲਾ, ਇਹ ਆਣੇ ਬੱਕਰੀ ਹੁਣ ਅੰਦਰ ਕੜੀ ਦਾ ਹੀ ਛੋੜੋ ਹੈ, ਨਹੀਂ ਤਾਂ ਸਾਨੂੰ ਰਾਡ ਬੰਦ ਕਰਨੇ ਆਉਣੇ। ਬਾਕੀ ਅਸਾਂ ਚੱਕ ਕਰੋ ਜੀ, ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਗ੍ਰਾਂ, ਜਿਸ ਦਾ ਨਾਂ ਹੈ ਜੀ ਹੈਰੀ ਬਾਲਾ, ਔਰ ਇਸ ਗ੍ਰਾਂ 'ਚ ਹੀ ਅਸਾਂ ਰਹਿਣੇ ਹਾਂ। ਇਹ ਮਾਸ਼ਾਅੱਲਾ ਨਾਲ ਹੀ ਸਾਨੂੰ ਵਿਊ ਚੱਕ ਕਰੋ ਜੀ, ਬੂਟੀਆਂ ਬੂਟੀਆਂ ਪਰ ਮੈਂ ਸਬਜ਼ਾ ਹੀ ਸਬਜ਼ਾ ਹੋਇਆ ਵਾ ਬਾਰਿਸ਼ਾਂ ਦੀ ਵਜ੍ਹਾ ਤੋਂ, ਇਹ ਹੁਣ 2 ਮਹੀਨੇ ਹੋਰ ਗੁਜ਼ਰੇ ਹਾਂ ਤਾਂ ਇੰਨਾ ਸਬਜ਼ਾ ਨਹੀਂ ਰਹਿਣਗਾ, ਕਿਉਂਕਿ ਇਹ ਜੀ ਸੌਖੀ ਪੇਸੀ ਨਾ, ਇਹ ਜੀ ਸੌਖੀ ਪੇਸੀ ਨਾ ਕਿ ਹਰਿਆਲੀ ਜਿਹੜੀ ਨਾ ਪੜਾਇਆ ਨਾ ਜੀ, ਉਹ ਉੱਡਰੀ ਜਾਸੀ ਹੈ। ਇਸ ਵੇਲੇ ਮੈਂ ਪੁੱਛੀ ਆਇਆ ਜੀ ਖਾਦਮਾਬਾਦ ਰੋਡਾਂ ਪਰ, ਖਾਦਮਾਬਾਦ ਬਾਜ਼ਾਰ, ਪਿਛਲੇ ਦਿਨ ਸਾਂ ਤਾਂ ਕਿਹਾ ਸੀ ਕਿ ਮੈਂ ਇੱਥੇ ਮਨਾਈ ਸੀ ਜੀ ਰੋਡਾਂ ਦੀ ਵੀਡੀਓ, ਤਾਂ ਰੋਡ ਉਸ ਵੇਲੇ ਬਣੀ ਰਹੀ ਸੀ ਹੈ, ਔਰ ਬਾਰਿਸ਼ਾਂ ਦੇ ਦਿਹਾੜੇ ਵੀ ਸਨ, ਤਾਂ ਤਿਲਕਣ ਚੌਂਕ ਇੱਥੇ ਇਤਨੀ ਬਣਤੀ ਸੀ ਨਾ, ਇਤਨੀ ਬਣਤੀ ਸੀ ਨਾ ਕਿ ਨਾ ਬੰਦਾ ਪੈਦਲ ਜਾ ਸਕਣਾ ਸੀ, ਨਾ ਮੋਟਰਸਾਈਕਲ ਪਰ, ਤਾਂ ਨਾ ਹੀ ਗੱਡੀ ਪਰ, ਕਿਉਂਕਿ ਮੁਤਬਾਦਲ ਰਾਸਤਾ ਜਿਹੜਾ ਰੱਖਿਆ ਸੀ ਨਾ ਜੀ, ਉਹ ਕਬਰਸਤਾਨ 'ਚ ਰੱਖਿਆ ਸੀ, ਅਤੇ ਕਬਰਸਤਾਨ 'ਚ ਤੁਸੀਂ ਪਤਾ ਹੀ ਆ ਫਿਰ ਰਾਸਤਾ ਜਿਹੜਾ ਹੈ ਜੀ ਉਹ ਖਰਾਬ ਹੈ, ਨਾ ਉੱਥੋਂ ਬੰਦਾ ਪੈਦਲ ਲੰਘ ਸਕਣਾ, ਨਾ ਮੋਟਰਸਾਈਕਲ ਪਰ, ਤਾਂ ਨਾ ਹੀ ਟਰੱਕਿਆ ਪਰ, ਮੀਨ ਕਿ ਕਿਸੇ ਗੱਡੀ ਬੜੀ ਵੀ ਨਹੀਂ ਲੰਘ ਸਕਣਾ, ਇਤਨਾ ਬੁਰਾ ਹਾਲ ਸੀ ਇਹ ਜਿਹੜੀ ਰੋਡ ਐਸੀ ਨਾ ਜੀ, ਕਾਰਪੋਰਟ ਇਹ ਆਲਰੇਡੀ ਬਣਤੀ ਸੀ ਹੈ, ਤਾਂ ਬਾਕੀ ਜ਼ਿਜ਼ਾਬਾਦ ਬਾਜ਼ਾਰ ਹੀ ਰਹਿ ਗਿਆ ਸੀ ਜਿਹੜਾ ਕੱਚਾ ਸੀ, ਉਹ ਪੱਕਾ ਨਹੀਂ ਸੀ, ਉਹ ਰੋਡ ਵੀ ਜਿਹੜੀ ਹੈ ਜੀ ਉਹ ਵੀ ਬਣੀ ਗਈ ਹੈ, ਤੁਸੀਂ ਸੂਰਤ ਹਾਲ ਸਾਂ ਚੱਕ ਕਲੀ ਕਿਨਾ ਜੀ, ਇਹ ਸਾਈਡਾਂ ਵਾਲੀ ਨਾ ਸਾਰੀ ਬਈ ਹੈ ਕੰਕਰੀਟ ਚੌਂਸ ਹੈ ਜੀ, ਇੱਥੇ ਵੀ ਬਸ ਨਾ ਇਹ ਕੰਕਰੀਟ ਇਹ ਜਵਾਬ ਤਾਂ ਜਾ ਕੱਚੀ ਆ, ਅਜਾ ਤਾਂ ਇਹਨਾਂ ਜਿਹੜੀ ਪੱਕੀ ਕੀਤੀ ਨਾ ਜੀ ਉਹ ਸਿਰਫ ਰੋਡਾਂ ਲਈ ਕੀਤੀ ਆ, ਤਾਂ ਬਾਕੀ ਆ ਨਾਲੀਆਂ ਸਾਂ ਸੂਰਤ ਹਾਲ ਚੱਕ ਕਲੀ ਕਿਨਾ ਨਾਲੀਆਂ ਵੀ ਇੱਥੇ ਪੱਕੀਆਂ ਹੋ ਰਹੀਆਂ, ਰੋਡ ਵੀ ਕਾਫੀ ਖੁੱਲ੍ਹੀ ਹੈਗੀ ਆ, ਉਸ ਤੋਂ ਬਾਅਦ ਦੁਕਾਨਾਂ ਜਿਹੜੀਆਂ ਜੋ ਉਹ ਤਾਂ ਮੰਦਰੀਆਂ ਹੀ ਗਈਆਂ, ਉਸ ਤੋਂ ਬਾਅਦ ਰੋਡ ਜਿਹੜੀ ਆ ਜੀ ਉਹ 'ਚ ਹੀ ਗਿਆ, ਰੋਡਾਂ 'ਚ ਇੱਧਰੋਂ ਪਾਣੀ ਜਾ ਸੀ ਨਾ ਜੀ, ਇਹ ਤਾਂ ਚਲੋ ਨਾਲੀ ਵੀ ਚਲਾ ਜਾ ਸੀ ਹੈ, ਪਰ ਉੱਧਰਾਂ ਪਾਣੀ ਜਿਹੜਾ ਹੈ ਜੀ ਉਹ ਵੀ ਸਗਰ ਸਾਂ ਚੱਕ ਕਰੋ ਹੈ, ਉਹ ਦੁਕਾਨਾਂ ਨੇ ਅੰਦਰ ਜਾ ਸੀ ਹੈ, ਇਹ ਹੁਣ ਇੱਥੇ ਪਤਾ ਨਹੀਂ ਨਾਲੀ ਸ਼ਾਲੀ ਵੀ ਦਿੱਤੀ ਹੋਣੀ ਨੀਚੇ ਜਾਂ ਕੌਣ ਦਿੱਤੀ ਨੇ, ਹਾਲਾਤ ਕੌਣ ਦੱਸੇ, ਨਾਲੀ ਤਾਂ ਹੈ ਹੀ ਬਣੀ ਆ, ਬਾਕੀ ਰੋਡ ਵਾਲੀਆਂ ਜਿਹੜੀ ਨਾਲੀ ਬਣਾਈ ਨਾ ਜੀ ਉਹ ਇਹ ਤੱਕ ਬਣਾਈ ਆ, ਇੱਥੋਂ ਗਿਆ ਤਾਂ ਨਾਲੀ ਆਲਰੇਡੀ ਬਣਤੀ ਸੀ ਆ, ਤਾਂ ਉੱਧਰ ਵੀ ਬਣਤੀ ਸੀ ਹੈ, ਉਹ ਵੀ ਉਹਨਾਂ ਪੱਕੀ ਕੜੀ ਹੋਈ ਆ, ਸਫਾਈ ਨਹੀਂ ਮਾਰੇ ਹਲੇ ਇੱਥੇ ਜ਼ਰੂਰਤ ਆਈ ਸੀ, ਕਿਉਂਕਿ ਇੱਥੇ ਆਲਰੇਡੀ ਇੱਕ ਨਾਲੀ ਬਣਤੀ ਸੀ ਆ, ਉਹ ਸੋੜੀ ਸੀ ਆ, ਇਸ ਨਾਲੀ ਕਿੰਨਾ ਉਹਨਾਂ ਖੁੱਲ੍ਹਾ ਕੀਤਾ, ਤਾਂ ਨਾਲੀ ਸਾਂ ਚੱਕ ਕਰੀ ਗਈ ਨਾ ਜੀ ਕਾਫੀ ਹੱਦ ਤੱਕ ਖੁੱਲ੍ਹੀ ਆ, ਤਾਂ ਬਾਕੀ ਗੱਲ ਸਾਂ ਤੱਕ ਨਹੀਂ ਸਿਰ ਕਬਰਸਤਾਨ ਦੀ ਦੀਵਾਰ ਜਿਹੜੀ ਆ ਜੀ ਉਹ ਇਹਨਾਂ ਛੱਡੀ ਹੋਈ ਆ, ਤਾਂ ਉੱਥੇ ਉਹਨਾਂ ਬੰਸੀ ਆ ਨਾਲੀ, ਇਹ ਨਾਲੀ ਜਿਹੜੀ ਟੈਸੀ ਨਾ ਜੀ ਮਸਜਿਦ ਕੋਲੋਂ ਜੇ ਦਾ ਟੈਸੀ ਆ, ਤਾਂ ਸਮੇਂ ਜੁਲਿਆ ਜੀ ਮਸਜਿਦ ਵਾਲੀ ਸਾਹਿਬ, ਕਿਉਂਕਿ ਅੱਜ ਹੈ ਜੁਮਾ,
ਕਸਬਾ ਸੁਤਲ ਸਾਗੇ ਜੁਮਾ ਤੋਂ ਮੁਬਾਰਕ ਹੋਇਆ ਹੁਣ ਸਾਂ ਚੱਕ ਲਓ ਜੀ ਇੱਥੋਂ ਮੈਂ ਟਰਾਲੀਆਂ ਲੈ ਲੱਥੇ ਜਾਣੇ ਉਹਨਾਂ ਕੋਈ ਇੱਥੇ ਬ੍ਰੇਕ ਲਾਉਣੇ ਦੀ ਜ਼ਰੂਰਤ ਕੋਈ ਨਹੀਂ ਆ ਸਾਂ ਟੂ ਜਰ ਹੈ ਜੀ ਹੁਣ ਖਦਮਾਬਾਦ ਬਾਜ਼ਾਰ ਦੀ ਤਰਫ ਹੈ ਐਸਾ ਚੱਕ ਕਰੀ ਕਿਨੋ ਜੀ ਤੇ ਵਾਰ ਨਹੀਂ ਸੂਰਤ ਆਲ ਇੱਥੇ ਤਾਂ ਇਹਨਾਂ ਨਾਲੀ ਜਾ ਜਾ ਬਣਾਈ ਆ ਨਾਲੀ ਕੋਣ ਬਣਾਈ ਆ ਤੇ ਦੀਵਾਰ ਜਿਹੜੀ ਆ ਜੀ ਉਹ ਨਾ ਸੱਟੀ ਹੋਈ ਆ ਤਾਂ ਨਾਲੀ ਜਿਹੜੀ ਤੋੜ ਜਾ ਰਹੀ ਨਾ ਜੀ ਉਹ ਖਦਮਾਬਾਦ ਬਾਜ਼ਾਰ ਜਾ ਰਹੀ ਆ ਇਹ ਕਿ ਚਲੋ ਹੁਣ ਪਾਣੀ ਛਾਣੀ ਜਿਹੜਾ ਆ ਜੀ ਉਹ ਪੇਸੀ ਆ ਕੁਥੇ ਨਾਲੀ ਵਿੱਚ ਹੋਰ ਕੁਦਰਾ ਵੀ ਨਹੀਂ ਪੈਣ ਗਿਆ ਤਾਂ ਬਾਕੀ ਆਵਾਮ ਸਾਂ ਤੱਕਣੇ ਹੱਸ ਹੈ ਜੇ ਰਹੀ ਆ ਜੀ ਖਾਦਮਾਬਾਦ ਬਾਜ਼ਾਰ ਨੀ ਤਰਫ ਮਾਸ਼ਾ ਅੱਲਾ ਅੱਜ ਆਵਾਮ ਸਾਂ ਜੀ ਕਾਫੀ ਥੈ ਜ਼ਿਆਦਾ ਨਜ਼ਰ ਆ ਰਹੀ ਆ ਲੇਕਿਨ ਬਾਅਦ ਜੁਮਾ ਟਾਈਮ ਜਾ ਜੋ ਹੁਣ ਕਲੋਜ਼ ਹੋ ਪਿਆ ਰਾਤ ਤੇ ਤੇ ਗਈ ਆ ਟਰਾਲੀ ਟਰਾਲੀ ਗਈ ਸੀ ਅੱਜ ਉਹ ਲੋਡ ਸੀ ਜਿਸ ਨੇ ਵਜ੍ਹਾ ਸੋ ਟ੍ਰਾਫੀ ਕਿਥਾ ਹੋ ਗਈ ਆ ਜੀ ਜਾਮ ਮੁਸਾਂ ਤੱਕ ਹੋਇਆ ਹੈ ਰਸਤਾ ਲੱਭ ਸੀ ਰਿਹਾ ਕੁਝ ਹੋਸੀ ਆ ਰਸਤਾ ਹੀ ਨਾ ਲੱਭਿਆ ਫਿਰ ਕਿੱਥੋਂ ਕੁਝ ਹੋਸੀ ਆ ਜੁਲੋ ਜੁਲੋ ਅਸਾਂ ਅੱਛ ਰਹੇ ਹਾਂ ਵਾਹ ਜੀ ਵਾਹ ਇੱਥਾ ਮਾੜੀ ਜਵਾਬ ਭੁੱਖ ਹੋਈ ਆ ਪਹਿਲਾਂ ਹੀ ਆਲਰੇਡੀ ਗੱਡੀਆਂ ਖਲਤੀਆਂ ਹੋਈਆਂ ਫਾਈਨਲੀ ਮੋਟਰਸਾਈਕਲ ਅਸਾਂ ਖਲਿਆ ਜੀ ਆਪਣਾ ਬਰਾਂਡੇ ਵਿੱਚ ਅੱਜ ਅਸਾਂ ਥੋੜ੍ਹੀ ਚੇਂਜ ਕੀਤੀ ਆ ਇਹ ਮੋਟਰਸਾਈਕਲ ਅਸਾਂ ਜਾ ਖਲਿਆ ਜੀ ਅਜ਼ੀਮ ਟੈਂਟ ਸਰਵਿਸ ਪਰ ਖਲਿਆ ਕਿਉਂਕਿ ਰੋਜ਼ ਜਿੱਥੇ ਅਸਾਂ ਖਲਾਉਣੇ ਹੋਣੇ ਆ ਨਾ ਉੱਥੇ ਅੱਜ ਹੋਈ ਸੀ ਆ ਬੁੱਕ ਉੱਥੇ ਜਿਹੜੀ ਸੁਰਤ ਹਾਲ ਹੋਈ ਸੀ ਨਾ ਜੀ ਉਹ ਐਦਾ ਹੋਈ ਸੀ ਆਪਾਂ ਵੀ ਪਤਾ ਲੱਗ ਗਿਆ ਕਿ ਮੋਟਰਸਾਈਕਲ ਮੈਂ ਇੱਥੇ ਖਲਾਉਣਾ ਅਸਾਂ ਤਾਂ ਕੋਈ ਇੱਥੇ ਲੈਣਾ ਲੱਗੀਆਂ ਵਾ ਗੱਡੀਆਂ ਨੇ ਵੀ ਤਾਂ ਮੋਟਰਸਾਈਕਲਾਂ ਨਹੀਂ ਆਵੀਆਂ ਰਸਤਾ ਬੰਦ ਹੋਇਆ ਅੱਲਾ ਹੈ ਮਾਸ਼ਾ ਅੱਲਾ ਅਸਲਾਮ ਵਾਲੇਕੁਮ ਕੀ ਹਾਲ ਹੈ ਜੀ ਠੀਕ ਹੋ ਸਿਰ ਠੀਕ ਹੈ ਅੱਲਾ ਸ਼ੁਕਰ ਬੜੇ ਸੇ ਬਾਤ ਕਿਆ ਜੇ ਸਹੀਵਾਲ ਸੇ ਉਤੋਂ ਆਏ ਹਾਂ ਜਨਾਬ ਦੂਸਰਾ ਦੇ ਲੋਰ ਦੂਸਰਾ ਦੇ ਆਏ ਹੋ ਪੱਕੇ ਤਰ੍ਹਾਂ ਆਏ ਨਾ ਨਾ ਪੱਕੇ ਤਰ੍ਹਾਂ ਕਿਉਂਕਿ ਮੈਂ ਨੇਮ ਹੀ ਕਿ ਬਿਤਾ ਕਿਆ ਸੀ ਹੈ ਨੇਮ ਤਾਂ ਵੈਸੇ ਸ਼ਾਦੀ ਸ਼ੁਦੀ ਬਰਾਇਆ ਸੀ ਦਾ ਹਾਂ ਹੁਣ ਦੂਸਰਾ ਦੇ ਇੱਥੇ ਹੀ ਹੋ ਜੇ ਰਿਹਾ ਹੈ ਦੂਸਰਾ ਦੇ ਬਹੁਤ ਜਸਨ ਹੋਰ ਅੱਲਾ ਸ਼ੁਕਰ ਸਭ ਠੀਕ ਹੈ ਅੱਲਾ ਸ਼ੁਕਰ ਠੀਕ ਹੈ ਦੁਆ ਕਰੀ ਲੈ ਕੋ ਕਿਆ ਬਾਣੇ ਉਹ ਦਰਾਣੀ ਠੀਕ ਹੈ ਫਸਟ ਕਲਾਸ ਲਿਸਨ ਹੋਈ ਗਏ ਨਾ ਨਾ ਕੋਈ ਸ਼ੁਕਰ ਹੋਈ ਵੀ ਸੀ ਤਾਂ ਅਏ ਸ਼ੁਗਰ ਨਹੀਂ ਵਜਾ ਸੁਣ ਤਾਂ ਬਾਕੀ ਹੁਣ ਕਿਸਾਂ ਇੰਤਜ਼ਾਰ ਕਰ ਰਹੇ ਹੋ ਜੁਨੇ ਜੁਮਾ ਪੜਨੇ ਤੇ ਕੁਦਰੇ ਵੀ ਕਿਸਾਂ ਇੰਤਜ਼ਾਰ ਨਹੀਂ ਜੁਨੇ ਅੱਛਾ ਜੁਮਾ ਪੜਨੇ ਸੀ ਲਿਓ ਠੀਕ ਹੈ ਫਿਰ ਚਲੋ ਇਹ ਗੱਪ ਹੋਣੀ ਆ ਜੇ ਜੁਲੇ ਆ ਜੇ ਹੁਣ ਜੁਮਾ ਪੜਨੇ ਉਸ ਆ ਮਾਸ਼ਾਅੱਲਾ ਸਾ ਚੱਕ ਕਹੋ ਜੀ ਜੁਮਾ ਬਾਜ਼ਾਰ ਨੀਆਂ ਰੌਣਕਾਂ ਮਾਸ਼ਾਅੱਲਾ ਅੱਜ ਦਾ ਮੈਂ ਹਵਾ ਮੇ ਖਾ ਸਹੀ ਤੇ ਰਿਹਾ ਜੀ ਵਾਹ ਜੀ ਵਾਹ ਕੀ ਹੀ ਬਾਤ ਹੈ ਜੀ ਕੀ ਹੀ ਬਾਤ ਹੈ ਆ ਵੇਖੋ ਜੀ ਮਾਸ਼ਾਅੱਲਾ ਹਵਾ ਮੇ ਖਾ ਜੇ ਰਿਹਾ ਜੀ ਜੁਮਾ ਪੜਨੇ ਵਾਸਤੇ ਆਇਆ ਸਾ ਚੱਕ ਕਰੋ ਮੈਂ ਅੱਜ ਤਾਂ ਰੌਣਕਾਂ ਲਈਆਂ ਵਾ ਤਾਂ ਟ੍ਰੈਫਿਕ ਜਿਹੜੀ ਹੈਗੀ ਆ ਮਸੇ ਕਲੀਅਰ ਹੋਈ ਆ ਉਹ ਪਾਪਾ ਜੇ ਰਹੇ ਨੇ ਮਸੇ ਮਸੇ ਅਸਲਾਮ ਵਾਲੇਕੁਮ ਕੀ ਹਾਲ ਹੈ ਜੀ ਠੀਕ ਹੋ ਬਗੈਰ ਆਮ ਤਾਂ ਨਹੀਂ ਆਉਂਦਾ ਹਾਂ ਗੱਡੀਆਂ ਨਸ਼ਪਤੀ ਵੀ ਲੱਗੀ ਹੋਈ ਹੈ ਕਿਹੜੀ ਸਾਲ ਲੱਗੀ ਕੋਈ ਤੱਕੀ ਕੋਣੀ ਆਸਾਂ ਸਾਰੀ ਗਲਤੀ ਆ ਫਿਰ ਸਮਝ ਲਾ ਫਿਰ ਜਾਣਾ ਪੈਸੀ ਬਾਗਾ ਜੀ ਠੀਕ ਹੈ ਬਸ ਲਓ ਚਲੋ ਠੀਕ ਬਾਕੀ ਸਾਨੂੰ ਬਾਜ਼ਾਰ ਨਹੀਂ ਸੁਣਿਆ ਹਲ ਚੱਕ ਜੀ ਬਾਜ਼ਾਰ ਜੀ ਅੱਜ ਮੈਂ ਸਹੀ ਕੰਮ ਪਖਿਆ ਵਾ ਜੀ ਰੋਲੇ ਵਾਲਾ ਕੰਮ ਹੈ ਅੱਜ ਵਾਹ ਜੀ ਵਾਹ ਕਿਆ ਬਾਤ ਹੈ ਜਿਹੜੀ ਅੱਜ ਵਰਾਇਟੀ ਆਈ ਵੀ ਜੀ ਉਹ ਆਸਟ੍ਰੇਲੀਆ ਦੀ ਆ ਗਈ ਸੇਬਾ ਦੀ ਆ ਵੀ ਆ ਅੰਬਾ ਦੀ ਆਈ ਵੀ ਆ ਉਸ ਤੋਂ ਬਾਅਦ ਕਿੱਕੜ ਵੀ ਆਇਆ ਵਾ ਅੱਜ ਕਿੱਕੜ ਖਾਣਾ ਆਇਆ ਤਾਂ ਉਹ ਵੀ ਪਾਇਆ ਇਸ ਬਾਅਦ ਚਾਚੇ ਦਾ ਜੂਸ ਵੀ ਇੱਥੇ ਲਾਇਆ ਵਾ ਮਾਸ਼ਾਅੱਲਾ ਇਹ ਭਾਪੇ ਦਾ ਮੈਂ ਅੱਜ ਤਾਜ਼ਾ ਤਾਜ਼ਾ ਕੇਲਾ ਇੱਥੇ ਆਉਂਦਾ ਇਸ ਵੇਲੇ ਫੋਨਾਂ ਬਿਜ਼ੀ ਆ ਨਹੀਂ ਤਾਂ ਮੈਂ ਸਾਨੂੰ ਗੱਪ ਕਰਾਂ ਵਾ ਵਾਹ ਜੀ ਵਾਹ ਮਾਸ਼ਾਅੱਲਾ ਫਾਈਨਲੀ ਨਮਾਜ਼ ਜੁਮਾ ਪਈ ਤਾਂ ਸਾਂ ਆਈ ਆ ਜੀ ਜੁਮਾ ਬਾਜ਼ਾਰ ਜੀ ਇਹ ਮਾਸ਼ਾਅੱਲਾ ਸਾਂ ਬਾਜ਼ਾਰ ਦੀਆਂ ਰੌਣਕਾਂ ਚੱਕ ਕਰੋ ਜੀ ਇਸ ਵੇਲੇ ਤਾਂ ਪਹਿਲਾਂ ਹੀ ਲੈਣਾ ਰਸ਼ ਥੋੜ੍ਹਾ ਆ ਕਿਉਂਕਿ ਆਵਾਮ ਜਿਹੜੀ ਆ ਜੀ ਅੰਦਰ ਸਲਾਮ ਭਰੀ ਰਹੀ ਆ ਸਲਾਮ ਸੁਬਾ ਜੀ ਸੁਰਤ ਆਲ ਹੋਸੀਆਂ ਜੋ ਉਹ ਥੋੜ੍ਹੀ ਡਿਫਰੈਂਟ ਹੋਸੀ ਹੈ ਇਹ ਅਜੀ ਨਹੀਂ ਹੋਣਗੀ ਹੈ ਉਹ ਜਿਹੜੀ ਹੋਸੀ ਨਾ ਜੋ ਪਾਂਚ ਸਾ ਰਸ਼ ਹੈ ਇਸ ਤਰ੍ਹਾਂ ਦੀ ਸੁਰਤ ਆਲ ਹੋਸੀ ਹੈ ਮਾਸ਼ਾਅੱਲਾ ਇਹਦੇ ਅੱਜ ਵੈਰਾਇਟੀ ਜਿਹੜੀ ਲੱਗੀ ਨਾ ਜੋ ਥੋੜ੍ਹੀ ਡਿਫਰੈਂਟ ਲੱਗ ਰਹੀ ਆ ਜੂਸ ਲਗਾ ਜੀ ਗਰਮੀਓਂ ਕਾ ਲਾਜਵਾਬ ਤੋਹਫਾ ਮਾਸ਼ਾਅੱਲਾ ਇਮਲੀ ਆਲੂ ਬੁਖਾਰੇ ਕਾ ਖਾਲਸ ਸ਼ਰਬਤ ਮਾਸ਼ਾਅੱਲਾ
ਅਸਾਂ ਚੱਕ ਕਰੋ ਜੀ ਹਵਾਮ ਆਈ ਰਹੀ ਆ ਨਮਾਜ਼ ਜੁਮਾ ਪੜ੍ਹੀ ਤਾਂ ਕੁਝ ਹਵਾਮ ਅੰਦਰ ਹੈ ਸਲਾਮ ਪੜ੍ਹਨੇ ਬਿਜ਼ੀ ਆ ਕੁਝ ਹਵਾਮ ਸ਼ਾਪਿੰਗ ਕਰਨੇ ਹੀ ਮਸਰੂਫ ਹੈ ਮਾਸ਼ਾਅੱਲਾ ਅੱਜ ਬਾਜ਼ਾਰ ਦੀ ਜਿਹੜੀ ਸੂਰਤ ਹਾਲ ਹੈ ਜੀ ਉਹ ਥੋੜ੍ਹੀ ਡਿਫਰੈਂਟ ਹੈ ਰਸ਼ ਇੱਥੇ ਜਿਹੜਾ ਹੈ ਜੀ ਅੱਜ ਥੋੜ੍ਹਾ ਜ਼ਿਆਦਾ ਆ ਬਾਕੀ ਦਿਹਾੜਿਆਂ ਨੇ ਨਿਸਬਤ ਬੜਿਆ ਬਣਾਈ ਨਾਲ ਇਹ ਧੁੱਪ ਲੰਘਾ ਮਾਸ਼ਾਅੱਲਾ ਸਭ ਵਰਾਇਟੀ ਚੱਕ ਲਓ ਜੀ ਉਸਤਾਦ ਬਾਈ ਦੇ ਪਾਣੀ ਤਾਜ਼ਾ ਤਾਜ਼ਾ ਇੱਕ ਹੈ ਸ਼ਬਦ ਬਣਾਇਆ ਨੇ ਇਮਲੀ ਨਾ ਅੱਜ ਬੁਖਾਰੀ ਨਾ ਨਹੀਂ ਅੱਛਾ ਨਿੰਬੂ ਲਾਇਆ ਮਾਸ਼ਾਅੱਲਾ ਚਲੋ ਭਾਵੇਂ ਜਿਹੜੀਆਂ ਵਰਾਇਟੀਆਂ ਰੱਖੀਆਂ ਜੇ ਉਹ ਤਕਰੀਬਨ 3-4 ਰੱਖੀਆਂ ਹੋਈਆਂ ਅੱਜ ਆਹ ਨਿੰਬੂ ਆ ਜਿਸ ਨਿੰਬੂ ਦਾ ਸ਼ਬਦ ਬਣਾਓ ਸੀ ਨਿੰਬੂ ਵੀ ਮਿਲਸੀ ਆ ਆਪਾਂ ਬੁਣਾ ਬਣਾਇਆ ਜੀ ਸ਼ਬਦ ਕਿਆ ਬਾਤ ਹੈ ਬਾਕੀ ਬਾਜ਼ਾਰ 'ਚ ਹੋਰ ਫਰੂਟ ਕਾਫੀ ਜ਼ਿਆਦਾ ਆ ਪਾਸ ਕੀ ਨਜ਼ਰ ਆਈ ਰਹੀ ਹੱਸੀ ਹੈ ਸਬਜ਼ੀ ਦਾ ਫਰੂਟ ਇਹ ਬਾਬਾ ਜੀ ਸਾਹਿਬ ਜਾਂਦਾ ਔਰ ਸਬਜ਼ੀ ਫਰੂਟ ਪੱਕਾ ਆਉਂਦਾ ਆ ਤਾਂ ਬਾਕੀ ਉਹ 5-7 ਤੱਕ ਜੀ ਕੇਲੇ ਦੀ ਵਰਾਇਟੀ ਵੀ ਇੱਥੇ ਆਈ ਵੀ ਆ ਮਾਸ਼ਾਅੱਲਾ ਕੇਲਾ ਜੋ ਆਇਆ ਜੋ ਤਾਜ਼ਾ ਹੋਇਆ ਹੋਇਆ ਕਿਆ ਹਾਲ ਹੈ ਠੀਕ ਹੋ ਸਰ ਠੀਕ ਹੈ ਭੇਜ ਲਿਓ ਘਰ ਇੱਥੇ ਹੀ ਹੋ ਕੋਈ ਕਿਸੋ ਵਧੀ ਜੋ ਰਸ਼ ਤਾਂ ਘੱਟੀ ਰਿਹਾ ਸੀ ਯਾਰ ਠੀਕ ਹੈ ਸਰ ਚਾਚਾ ਵੀ ਮੈਂ ਕਿ ਨਹੀਂ ਆਏ ਆਲੂ ਦਾ ਟਮਾਟਰ ਮਾਸ਼ਾਅੱਲਾ ਕਿਆ ਹਾਲ ਠੀਕ ਹੋ ਅੱਲਾ ਦਾ ਸ਼ੁਕਰ ਅਸਲਾਮ ਵਾਲੇਕਮ ਕਿਆ ਹਾਲ ਜੀ ਠੀਕ ਹੋ ਦੱਸਦਾ ਕੋਈ ਜੇ ਰਿਹਾ ਕਰੀ ਰਹੇ ਹੋ ਫਰੋਸ ਹੋ ਜੀ ਮਹਿੰਗਾਈ ਆਇਆ ਕੌੜੀ ਨੋਰਮਲ ਹੀ ਆ ਠੀਕ ਹੈ ਯਾਰ ਉਹਦੇ ਦਿਹਾੜੀ ਘਰ ਆਈ ਤਰਫ ਜੇ ਰਹੇ ਯਾਰ ਇੱਥੇ ਹੀ ਹੋ ਅੱਛਾ ਇੱਥੇ ਹੀ ਆ ਠੀਕ ਹੈ ਯਾਰ ਬਾਕੀ ਆਪਾਂ ਤੱਕਾਂਗੇ ਮਾਸ਼ਾਅੱਲਾ ਮੈਂ 150 ਰੁਪਇਆ ਦਰਜਨ 150 ਰੁਪਇਆ ਦਰਜਨ ਆਪੇ ਨਾ ਖਿਆਲ ਰੱਖਿਆ ਸਹੀ ਘੜੀ ਤਾਂ 200 ਰੁਪਇਆ ਦਰਜਨ ਔਰ ਮਹਿੰਗਾ ਤੇ ਨਹੀਂ ਨਾ ਫਿਰ 2 ਦਰਜਨ ਖੜੋ ਚਲਾ ਰੱਖਿਆ ਹੈ ਕਾਮਨ ਕਰਨਾ 2 ਐਕਸਟਰਾ ਦੇਣੇ ਨਾਲ ਕੀ ਗੱਲ ਹੈ ਪਾਪਾ ਨਹੀਂ ਤਾਂ 4 ਦੱਸਣ ਨਾ ਮਾਸ਼ਾਅੱਲਾ ਲਾਇਆ ਤਾਂ ਕੋਈ ਚਾਚਾ ਹੋਣੀ ਕਿੰਨੀ ਰਹੇ ਚਾਚਾ ਚੱਖੀ ਦਾ ਕਿੰਨੀ ਰਹੇ ਸੈਨਿਕ ਕਿੰਨੀ ਰਹੇ ਚਾਚੇ ਦਾ ਸਾਹ ਭੁੱਲਣਾ ਪਿਆ ਮੈਂ ਹਲੇ ਡਿਸਟਰਬ ਨਾ ਕਰਾਂ ਚਾਚੇ ਰੰਗੇ ਤਾਂ ਜ਼ਿਆਦਾ ਬਿਹਤਰ ਹੈ ਸਾਹ ਵੀ ਨਾ ਭੁੱਲ ਗਿਆ ਨਾ ਪੈਸੇ ਜ਼ਿਆਦਾ ਦੇ ਜਾਣ ਕਾਲੇ ਮਾਰੇ ਨੱਥਾ ਲੱਗਣ ਹੁਣ ਮੈਂ ਪੈਸੇ ਜ਼ਿਆਦਾ ਦਈ 150 ਰੁਪਇਆ ਦਰਜਨ 150 ਰੁਪਇਆ ਦਰਜਨ ਵਾਹ ਜੀ ਵਾਹ ਮਸ਼ਾਅੱਲਾ ਸਾਹਿਬ ਕਿਹੜਾ ਚੱਕੋ ਜੀ ਉਸ ਦਾ ਨਹੀਂ ਨਿਸਬਤ ਪਿੱਛੇ ਜਿੰਨਾ ਹੀ ਨਿਸਬਤ ਅੱਜ ਕਿਹੜਾ ਜਿਹੜਾ ਹੈ ਜੀ ਉਹ ਤਾਜ਼ਾ ਧਾਬਾ ਵੀ ਖਰੀਦਿਆ ਜੀ ਉਹ ਕਿਲਾ ਵੀ ਜ਼ਿਆਦਾ ਖਰੀਦਿਆ ਅੱਲਾ ਕਸ਼ਮੀਰੀ ਸੇਬ ਵੀ ਆਈ ਗਿਆ ਜੀ ਇੱਥੇ ਖਦਮਾਬਾਦ ਵਿੱਚ ਮਾਸ਼ਾਅੱਲਾ ਆਵਾਮ ਕੀ ਨਹੀਂ ਰਿਹਾ ਜੀ ਮੈਂ ਕਿਹਾ ਬਾਤ ਹੈ ਆਵਾਮ ਜੀ ਖਰੀਦ ਰਹੇ ਜੀ ਔਰ 2-2 ਕਿਲੋ ਕੱਠੇ ਖਰੀਦ ਰਿਹਾ ਉਸਤਾਦ ਜੀ ਕਿਸਾ ਕਿਲੋ ਹੈ 200 ਰੁਪਇਆ ਕਿਲੋ ਮਾਸ਼ਾਅੱਲਾ ਜੀ 100 ਰੁਪਇਆ ਸਸਤਾ ਹੀ ਆ ਜੀ ਵੈਸੇ 300 ਲੱਭਣਾ ਆ ਜੀ ਕੇਲਾ ਵੀ ਹੈ ਜੀ ਉਹ 150 ਕਿਲੋ ਹੈ ਜੀ ਲੱਭਣਾ ਪਿਆ ਜੀ ਉਹ ਵੀ 200 ਲੱਭਣਾ ਤਕਰੀਬਨ 100 ਰੁਪਇਆ ਨਾਲ ਜਿਹੜਾ ਹੈ ਜੀ ਉਹ ਫਰਕ ਹੈ ਆਵਾਮ ਹਿਸਾਬ ਵਿੱਚ ਅਸੀਂ ਗੁੱਥੇ ਅੱਜ ਭੜੀ ਭੜੀ ਦਾ ਖਰੀਦ ਰਹੀ ਹੈ ਕਾਰ ਖਾਲੀ ਨਹੀਂ ਜੇ ਰਹੀ ਹੈ ਕਾਰ ਆ ਮਾਸ਼ਾਅੱਲਾ ਸਾਹਿਬ ਚੱਕ ਕਰੋ ਜੀ ਅੰਬ ਖਾਨ ਸਾਹਿਬ ਆਣੇ 100 ਰੁਪਇਆ ਕਿਲੋ ਸੇਬ ਨਾ ਪਿੱਛਾ ਸੇਬ ਨਜ਼ਰ ਅੱਛਾ ਪਿਆ ਇਹਨਾਂ ਆਪੋ ਹੈ ਜੀ 150 ਰੁਪਇਆ ਕਿਲੋ ਹੈ ਸੇਬ 150 ਰੁਪਇਆ ਮੇਰਾ ਬਾਈ ਰੋਵਾ ਹੈ ਖਾਨ ਸਾਹਿਬ ਕੀ ਗੱਲ 150 ਆਇਆ ਸੇਬ ਸੇਬ 250 ਤਾਂ ਪਿੱਛਾ 200 ਦੇਣੇ 150 ਆ ਚਲੋ
ਮਾਸ਼ਾਅੱਲਾ ਨੋ ਲਾਣੇ ਫਿਰ 150 ਹੁਣ ਸਾਫ ਪੋ ਆਇਆ ਜੀ ਸੇਬ 150 ਦਾ ਹਾਂ ਹਾਂ ਹੀ ਨਾ ਕੋਣੀ ਨਹੀਂ ਦੇਣੇ ਮੈਂ ਲੱਗ ਜੁਲਿਆ ਫਿਰ ਕਾਰ ਬਾਈ ਰੋਣੇ ਨਾ ਦਿਮਾਗ ਆਊਟ ਹੋ ਜਾਣੇ ਗਰਮੀ ਚ ਮੈਂ ਤਾਂ 200 ਦੇ ਹੀ ਰੋ ਮੈਂ ਤਾਂ ਯਾ ਖਲਤਾ ਹੋਇਆ ਇਸ ਨਹੀਂ ਆਊਟ ਹੋਣਾ ਪੈਸਿਆਂ ਦੀ ਤਰਫ਼ ਠੀਕ ਰਹਿਣੇ ਉਹ ਐ ਬਾਉਣਾ ਫਿਰ ਪੈਸੇ ਜਿੱਦਾਂ ਹੋਣ ਜੇ ਉਦੋਂ ਸਾ ਸਿਆਣੇ ਹੋ ਜਾਣੇ 50 ਰੁਪਏ ਐਕਸਟਰਾ ਬਣੇ ਆ ਮਾਸ਼ਾ ਸਾ ਚਾਹੇ ਕਰਾ ਜੀ ਬਾਪੇ ਆਮੀ ਥਾ ਅੱਜ ਵੇਚ ਰਿਹਾ ਮਾਰੇ ਲਈ ਉਹਨਾਂ ਕਲੋਜ਼ ਹੋਣਾ ਪਿਆ ਤੇ ਬਾਕੀ ਸੇਬ ਜਿਹੜਾ ਜੀ ਹੁਣ ਤਾਜ਼ਾ ਵਰਾਇਟੀ ਚ ਆਈ ਰਿਹਾ ਸੇਬ ਹੈ ਜੀ ਔਰ ਕਸ਼ਮੀਰੀ ਸੇਬ ਹੈ ਪਰ ਸੇਬ ਨਹੀਂ ਦੇਣਾ 200 150 ਰੁਪਏ ਕਿਲੋ ਆਮ 150 ਰੁਪਏ ਕਿਲੋ ਤੁਹਾਡੀ ਮਰਜ਼ੀ ਅੱਜ ਸੇਬ ਵੀ ਕਿਣੀ ਜੁਲਾ ਆਣੇ ਥਾ ਆਪਣੇ ਬਾਗ ਆਇਆ ਚੰਗੇ ਨੇ ਆਣੇ ਆਪਣੇ ਬਾਗ ਆਇਆ ਥਾ ਆਪਣਾ ਬਾਗ ਲਾਇਆ ਨੇ ਪਰ ਪੈ ਕਿਹੜੇ ਬਾਗ ਆਇਆ ਖਾਨ ਸਾਹਿਬ ਇਹ ਕਿਹੜੇ ਬਾਗ ਆਇਆ ਇਹ ਕਸ਼ਮੀਰ ਵਾਲਾ ਕਸ਼ਮੀਰ ਮੁਸਫਰਬਾਦ ਤਕਿਆ ਨੇ ਨਾ ਆਪਣਾ ਸੇਬ ਹੈ ਕਸ਼ਮੀਰੀ ਸੇਬ ਹੈ ਕਸ਼ਮੀਰ ਨਾ ਮਾਸ਼ਾਅੱਲਾ ਸਾ ਚੱਕ ਕਰੋ ਜੀ ਸੇਬ ਨਹੀਂ ਵਰਾਇਟੀ ਇਹ ਸੇਬ ਜਿਹੜਾ ਹੈ ਜੀ ਇਹ ਚਿੱਟਾ ਸਸੂਆ ਸੇਬ ਵੀ ਹੈ ਦਿਖੀ ਹੈ ਮਾਸ਼ਾਅੱਲਾ ਕੱਪਾ ਰਿਓ ਸਾ ਚੱਕ ਕਰੋ ਜੀ ਉਹ ਵੀ ਆਪਣੇ ਬਾਗਾਂ ਨੇ ਆ ਤਾਂ ਉਸਮਾਨ ਆਈ ਗਿਆ ਫਰਾਮ ਮੋੜਾ ਕਨਿਆਲ ਕੇਲੇ ਕਿ ਨਿਆ ਸਾ ਮਾਸ਼ਾਅੱਲਾ ਲਿਫਟ ਨਹੀਂ ਕਰਾਈ ਰਿਹਾ ਤਾਂ ਬਾਕੀ ਹੈ ਰਸਾ ਸੇਬ ਕਿੰਨੇ ਹਨ ਸਿਹਤ ਬਣਾ ਖਾਣਾ ਨਾਲ ਕਿਹੜਾ ਸਾ ਕਿੰਨਾ ਜੀ ਮਾਸ਼ਾਅੱਲਾ ਤਾਂ ਕੇਲੇ ਦੀ ਆਵਾਜ਼ ਆਈ ਸ੍ਰੀ ਨਾਲੂ ਮੈਂ ਅਕੇਲਾ ਵੀ ਘੇਜ ਲਿਆ ਜੀ ਕੇਲਾ ਅੱਜ ਜੋ ਮਾਸ਼ਾਅੱਲਾ ਛਾਇਆ ਪਾਪਾ ਜੀ ਇਸਲੇ ਫਰੀ ਹੈ ਹਵਾ ਮੁ ਜਿਹੜੀ ਆ ਜੀ ਆਲਮੋਸਟ ਹੀ ਸਾਰੀ ਚਲੀ ਗਈ ਆ ਨਾ ਨਾ ਇੱਕ ਇੱਕ ਜ਼ਿਆਦਾ ਚੰਗਾ ਨਹੀਂ ਹੋਣਾ ਹਜ਼ਮ ਨਹੀਂ ਹੋਣਾ ਸਾਫ਼ ਪਾਉਣਾ ਕੀ ਕਰਨਾ ਜੀ ਇਹ ਸਿਆਸੀਆਂ ਹੀ ਆ ਸਾ ਆਪਣੀ ਮਰਜ਼ੀ ਨਾਲ ਬਾਣੇ ਪਏ ਉਹਦਾ ਸਾਰੀ ਮਰਜ਼ੀ ਨਾਲ ਬਾਣੇ ਹੀ ਨਾ ਉਹਦਾ ਬੇਕਾਰ ਕੇਲਾ ਬਾਣੇ ਪਏ ਆ ਖਾਣੇ ਸਭ ਬਾਗ ਦੇਸੋ ਹੈ ਤਾਂ ਫਿਰ ਆਪਣੀ ਮਰਜ਼ੀ ਦਾ ਦੇਣਾ ਵਾਹ ਜੀ ਵਾਹ ਮਾਸ਼ਾਅੱਲਾ ਕੇਲਾ ਦਿੱਤਾ ਕੇਲਾ ਜਾ ਆਇਆ ਕਸ਼ਮੀਰੀ ਕੇਲਾ ਆਇਆ ਗੱਡੀ ਜਿਹੜੀ ਆ ਗਈ ਇਹਨਾਂ ਨੇ ਫੁੱਲ ਭਰੀ ਵੀ ਅੱਜ ਆਰਾਮ ਜੀ ਨਾਲ ਖੁੱਲਾ ਕੇਲਾ ਖਾ ਲਿਆ ਆਵਾਮ ਹੀ ਜਾ ਖਾਸੀ ਨਾ ਅੱਜ ਰੋਟੀ ਨਹੀਂ ਜਾ ਕੇਲੇ ਤਾਂ ਸਿਹਤ ਖਾਸੀ ਆ ਚਲਾ ਪਾਪਾ ਨੂੰ ਆਇਆ ਜੀ ਬੈਂਕਰ ਜਾਸੂ ਆਏ ਸਲਾਮ ਚਲਾ ਜੀ ਠੀਕ ਹੋ ਜੀ ਠੀਕ ਠਾਕ ਸਿਹਤ ਠੀਕ ਆ ਨਾ ਕਿਹੜੇ ਜਾਸੂ ਆਇਓ ਜੀ ਖਾਨੋਬਾਦ ਮੋੜ ਤੋਂ ਖਦਮਾਬਾਦ ਮੌਸਮ ਪਹਿਲੀ ਵਾਰੀ ਤੱਕ ਆਇਆ ਤੁਸੀਂ ਪਹਿਲੀ ਵਾਰੀ ਤੱਕ ਆਇਆ ਤੁਸੀਂ ਅਸਾਂ ਨਵੇਂ ਆਏ ਨਵੇਂ ਆਇਓ ਕੀ ਨਾਮ ਆ ਸ਼ੇਰਖਾਨ ਓਏ ਸ਼ੇਰਾਂ ਦੇ ਇਲਾਕੇ ਫਿਰ ਆਏ ਹੋ ਕਿਹ ਜਾਸੂ ਆਇਓ ਨਸ਼ੇਰਾ ਉਹਦਾ ਸ਼ੇਰ ਕੋਣ ਸਨ ਉਹਦਾ ਸ਼ੇਰ ਨੇ ਕੋਣ ਸਨ ਉਹ ਤੂੰ ਨਸੀ ਆਇਓ ਇੱਧਰ ਤੁਸੀਂ ਸ਼ਿਕਾਰਾ ਪਰ ਆਇਓ ਜਾਂ ਵੈਸੇ ਆਇਓ ਇੱਧਰ ਸ਼ਿਕਾਰਿਆ ਪਰ ਆਇਓ ਕਿਹੜਾ ਸ਼ਿਕਾਰ ਕਰਨੇ ਹੋ ਜੀ ਜਿਹੜਾ ਸ਼ਿਕਾਰ ਲੱਗੀ ਗਿਆ ਖੈਰ ਹੁਣ ਤਿਆਰੀਆਂ ਹੋ ਗਈਆਂ ਜੀ ਘਰਾਂ ਦੀ ਤਰਫ ਸਮਾਨ ਕਿੰਦਾ ਆ ਪਸੀਨਾ ਸੌਂ ਦੇਖੋ ਕਿ ਤਰ੍ਹਾਂ ਬਈ ਆ ਅੱਜ ਗਰਮੀ ਜਿਹੜੀ ਆ ਜੋ ਕਾਫੀ ਜ਼ਿਆਦਾ ਆ ਬਾਜ਼ਾਰੇ ਖੁੱਲ੍ਹਣ ਨਹੀਂ ਕਰਨੀ ਹੋਣਾ ਸੀ ਤਾਂ ਆਵਾਮ ਫਿਰ ਵੀ ਜਿਹੜੀ ਆ ਜੋ ਕਾਫੀ ਜ਼ਿਆਦਾ ਆਈ ਆ ਬਾਜ਼ਾਰ ਤਾਂ ਬਾਕੀ ਹੁਣ ਜੁਸਾਂ ਕਾਰ ਰੇਟਸਾਂ ਆ ਹਵਾ ਲਵਾਸਾਂ ਠੱਡੀ ਅਗਰ ਅੱਜ ਨੇ ਵੀਡੀਓ ਦੌਰਾਨ ਕਿਸੇ ਕਿਸਮ ਦੀ ਗਲਤੀ ਕੀਤੀ ਵੀ ਕਿਹਾ ਤਾਂ ਮਾਫ਼ ਕਰਿਆ ਤਾਂ ਬਹੁਤ ਜਲਦ ਸਾਡੀ ਖਿਦਮਤ ਇੱਕ ਨਵੀਂ ਵੀਡੀਓ ਹਾਜ਼ਰ ਹੋ ਸਕਾਂ ਤਦ ਤੱਕ ਦੱਸੋ ਇਜਾਜ਼ਤ ਸਿਮਾਨ ਅੱਲਾ